ਪੰਜਾਬੀਓ 1 ਜੁਲਾਈ 2022 ਦਾ ਦਿਨ ਪੰਜਾਬ ਦੇ ਇਤਿਹਾਸ ਚ ਹਮੇਸ਼ਾ ਯਾਦ ਰੱਖਿਆ ਜਾਊਗਾ ਕਿਉਂਕਿ ਪਿਛਲੇ ਸਾਲ 1 ਜੁਲਾਈ ਨੂੰ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿ 1 ਸਾਲ ਨਿਰਬਿਗਨ ਪੂਰਾ ਹੋ ਗਿਆ ਕੱਲੇ ਘਰੇਲੂ ਖਪਤਕਾਰਾਂ ਲਈ ਨਹੀਂ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ 8 ਘੰਟੇ ਵੀ ਟੁੱਟ ਟੁੱਟ ਕੇ ਆਉਂਦੀ ਸੀ 2 ਘੰਟੇ ਆ ਗਈ ਕੰਟਾ ਚਲੀ ਗਈ ਫਿਰ 2 ਘੰਟੇ ਆ ਗਈ 2 ਘੰਟੇ ਚਲੀ ਗਈ ਉਹ ਵੀ ਹੁਣ 10 10 12 12 14 14 ਘੰਟੇ ਨਿਰਬਿਗਨ ਚੱਲ ਰਹੀ ਹੈ ਹਰ ਰੋਜ਼ ਨਵੀਆਂ-ਨਵੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਅਸੀਂ ਯੂਬਲ ਬੰਦ ਕਰਕੇ ਝੋਨਾ ਲਾ ਰਹੇ ਹਾਂ। ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ। ਅਸੀਂ ਬਿਜਲੀ ਬੋਰਡ ਨੂੰ ਘਾਟੇ ਦੇ ਵਿੱਚ ਵੀ ਜਾਣ ਨਹੀਂ ਦਿੱਤਾ। ਹਾਲਾਂਕਿ ਅਕਾਲੀ ਤੇ ਕਾਂਗਰਸ ਸਰਕਾਰ ਵੇਲੇ ਬਿਜਲੀ ਬੋਰਡ ਦੀਆਂ ਦੇਣਦਾਰੀਆਂ ਬਹੁਤ ਸੀ। ਅਸੀਂ ਉਹ ਵੀ ਜਿਹੜੀਆਂ ਦੇਣਦਾਰੀਆਂ ਨੇ ਜੋ ਸਾਨੂੰ ਉਹ ਵਿਰਸੇ 'ਚ ਛੱਡ ਕੇ ਗਏ ਨੇ ਅਸੀਂ ਉਹ ਵੀ ਬਿਜਲੀ ਬੋਰਡ ਨੂੰ ਪੇ ਕਰ ਰਹੇ ਹਾਂ। 9000 20 ਕਰੋੜ ਦੀ ਜਿਹੜੀ ਸਬਸਿਡੀ ਦੀ ਜਿਹੜਾ ਪੈਸਾ ਪਿਛਲੀ ਸਰਕਾਰਾਂ ਦਾ ਰੰਦਾ ਸੀ ਉਹਦੀਆਂ ਅਸੀਂ ਕਿਸ਼ਤਾਂ ਕਰ ਲਈਆਂ ਵਿਆਹ ਸਮੇਤ 1804 ਕਰੋੜ ਦੀ ਪਹਿਲੀ ਕਿਸ਼ਤ ਵੀ ਅਸੀਂ ਬਿਜਲੀ ਬੋਰਡ ਨੂੰ ਦੇ ਦਿੱਤੀ ਤੇ ਜਿਹੜਾ ਘਰੇਲੂ ਖਪਤਕਾਰਾਂ ਦਾ ਤੇ ਬਾਕੀ ਸਬਸਿਡੀ ਜਿਹੜੀ ਹੈ ਉਹਦਾ ਜਿਹੜਾ ਪੈਸਾ ਬਣਦਾ ਸੀ 20200 ਕਰੋੜ ਉਹ ਵੀ ਅਸੀਂ ਬਿਜਲੀ ਬੋਰਡ ਨੂੰ ਦੇ ਚੁੱਕੇ ਹਾਂ ਭੁਗਤਾਨ ਕਰ ਚੁੱਕੇ ਹਾਂ ਸੋ ਅਸੀਂ ਕਰਜ਼ਾ ਲੈ ਕੇ ਨਹੀਂ ਕੋਈ ਕੰਮ ਕਰ ਰਹੇ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਅਕਸਰ ਇੰਡਸਟਰੀ ਲਈ ਫਰਮਾਨ ਜਾਰੀ ਹੋ ਜਾਂਦੇ ਸੀ ਇਹਨਾਂ ਮਹੀਨਿਆਂ 'ਚ ਖਾਸ ਤੌਰ ਤੇ ਮਈ ਜੂਨ ਜੁਲਾਈ ਕਿ ਜੀ ਅਸੀਂ ਬਿਜਲੀ ਖੇਤੀ ਸੈਕਟਰ ਨੂੰ ਦੇਣੀ ਹੈ ਇਸ ਕਰਕੇ ਹਫ਼ਤੇ 'ਚੋਂ ਮੰਗਲਵਾਰ ਵੀਰਵਾਰ ਤੇ ਸ਼ੁੱਕਰਵਾਰ ਤੁਸੀਂ ਬੰਦ ਰੱਖੋ ਫੈਕਟਰੀਆਂ ਆਪਣੀਆਂ ਇਸ ਤਰ੍ਹਾਂ ਦਾ ਵੀ ਕੋਈ ਫਰਮਾਨ ਨਹੀਂ ਜਾਰੀ ਹੋਇਆ ਫੈਕਟਰੀਆਂ ਵੀ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਫੈਕਟਰੀਆਂ ਨੂੰ ਵੀ ਜਿੰਨੀ ਸਬਸਿਡੀ ਅਸੀਂ ਦੇ ਰਹੇ ਹਾਂ ਉਹਦਾ ਪੈਸਾ ਵੀ ਜਿਹੜਾ ਅਸੀਂ ਬਿਜਲੀ ਬੋਲ ਨੂੰ ਦੇ ਚੁੱਕੇ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਝਾਰਖੰਡ ਦੇ ਵਿੱਚ ਪਛਵਾੜਾ ਕੋਲ ਮਾਈਨ ਜਿਹੜੀ ਕੋਲੇ ਦੀ ਖਾਨ ਸੀ ਪੰਜਾਬ ਦੀ 2015 ਤੋਂ ਬੰਦ ਪਈ ਸੀ ਕਮਿਸ਼ਨ ਦੇ ਚੱਕਰਾਂ 'ਚ ਕਿ ਇਹਨੂੰ ਬੰਦ ਰੱਖੋ ਪ੍ਰਾਈਵੇਟ ਵਾਲਿਆਂ ਤੋਂ ਕੋਲਾ ਮਹਿੰਗਾ ਲਵਾਂਗੇ ਉਹ ਚਾਪਾ ਨੂੰ ਕਮਿਸ਼ਨ ਮਿਲੂਗਾ ਤੇ ਮਹਿੰਗੀ ਬਿਜਲੀ ਮਿਲਦੀ ਸੀ ਫਿਰ ਅਸੀਂ ਉਹ ਕੋਲੇ ਦੀ ਖਾਨ ਚਲਾ ਲਈ ਤਾਂ ਕੋਲੇ ਦੀ ਖਾਨ ਚੱਲਣ ਨਾਲ ਸਾਡੇ ਕੋਲ ਇੰਨਾ ਕੋਲਾ ਹੋ ਗਿਆ ਐਸ ਵਕਤ ਜਿਸ ਵਕਤ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 43 ਦਿਨ ਦਾ ਕੋਲਾ ਜਿਹੜਾ ਉਹ ਸਾਡੇ ਕੋਲ ਸਟਾਕ 'ਚ ਪਿਆ ਹੈ ਪਹਿਲਾਂ ਐਦਾਂ ਕਦੇ ਨਹੀਂ ਹੋਇਆ ਸੀ ਸੋ ਕੋਲੇ ਵਾਲੇ ਪਾਸਿਓਂ ਵੀ ਅਸੀਂ ਜਿਹੜਾ ਸਰਪਲਸ ਹੋ ਗਿਆ ਪਹਿਲਾਂ ਆਮ ਤੌਰ ਤੇ ਖਬਰਾਂ ਆਉਂਦੀਆਂ ਸੀ 5 ਘੰਟਿਆਂ ਦਾ ਕੋਲਾ ਬਚਿਆ ਜੀ 6 ਘੰਟਿਆਂ ਦਾ ਕੋਲਾ ਬਚਿਆ ਜੀ ਇਹ ਖਬਰਾਂ ਆਉਣੀ ਹੁਣ ਬੰਦ ਹੋ ਗਈਆਂ ਅਸੀਂ ਸੋਲਰ એનર્ਜੀ ਵੱਲ ਵੀ ਬਹੁਤ ਜਾ ਰਹੇ ਆ ਅਪਰੀਸ਼ੀਏਟ ਕਰ ਰਹੇ ਆ ਉਹਨੂੰ ਜਿਹੜਾ ਸੋਲਰ એનર્ਜੀ ਨੂੰ ਵਧਾਉਣ ਵਾਸਤੇ ਅਸੀਂ ਬਹੁਤ ਸਾਰੀਆਂ ਆਉਣ ਵਾਲੇ ਦਿਨਾਂ ਚ ਸਕੀਮਾਂ ਵੀ ਤੇ ਬੇਰਵੇ ਵੀ ਜਿਹੜੇ ਉਹ ਜਾਰੀ ਕਰਾਂਗੇ ਅਸੀਂ ਗ੍ਰੀਨ એનર્ਜੀ ਵੱਲ ਵੀ ਵਧੇ